ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਅੰਮ੍ਰਿਤਸਰ ਤੋਂ, ਜਿੱਥੇ ਗਵਰਨਰ ਦੇ ਕਾਫਲੇ ਨਾਲ ਵੱਡਾ ਹਾਦਸਾ ਵਾਪਰਿਆ ਹੈ। ਸੋ ਦੱਸਦੇ ਨੇ ਆ ਕਿ ਕਰਿੰਡਾ ਨੇੜੇ ਇਹ ਹਾਦਸਾ ਵਾਪਰਿਆ ਹੈ ਔਰ ਕਿਹਾ ਜਾ ਰਿਹਾ ਕਿ ਟਾਇਰ ਫਟਣ ਕਰਕੇ ਗੱਡੀ ਜਿਹੜੀ ਹੈ ਉਸਦਾ ਸੰਤੁਲਨ ਵਿਗੜ ਜਾਂਦਾ ਹੈ ਅਤੇ ਗੱਡੀ ਸਿੱਧਾ ਡਿਵਾਈਡਰ ਦੇ ਨਾਲ ਟਕਰਾਉਂਦੀ ਹੈ। ਉਸ ਤੋਂ ਬਾਅਦ CRPF ਦੇ 3 ਜਵਾਨਾਂ ਨੂੰ ਸੱਟਾਂ ਲੱਗੀਆਂ ਨੇ, ਜਿਨ੍ਹਾਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਹੈ। ਸੋ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ, ਤਸਵੀਰਾਂ ਜਿਹੜੀਆਂ ਨੇ ਹਸਪਤਾਲ ਦੀਆਂ ਨੇ, ਜਿੱਥੇ ਇਹ ਜਿਹੜੇ CRPF ਦੇ ਜਵਾਨ ਨੇ ਉਹ ਉਹਨਾਂ ਦਾ ਇਲਾਜ ਚੱਲ ਰਿਹਾ ਹੈ। ਸੋ ਦੱਸਦੇ ਨੇ ਆ ਕਿ ਅੱਜ ਅੰਮ੍ਰਿਤਸਰ ਦੇ ਵਿੱਚ ਸਰਹੱਦੀ ਦੌਰੇ 'ਤੇ ਨੇ ਗਵਰਨਰ ਬਰਮਾਰੀ ਲਾਲ ਪੁਰੋਹਿਤ, ਜੋ ਕਿ ਜਿਨ੍ਹਾਂ ਦਾ ਕਾਫਲਾ ਜਿਹੜਾ ਹੈ ਉਹਨਾਂ ਨਾਲ ਗੱਡੀ ਦਾ ਐਕਸੀਡੈਂਟ ਹੋ ਜਾਂਦਾ ਹੈ। ਜਾਣਕਾਰੀ ਮਿਲੀ ਹੈ ਕਿ ਪੁੱਲ ਮੋਰਾਂ ਦੇ ਨੇੜੇ ਗਵਰਨਰ ਪੁਰੋਹਿਤ ਦਾ ਕਾਫਲਾ ਕਰਿੰਡਾ ਵੱਲ ਨੂੰ ਆ ਰਿਹਾ ਸੀ। ਇਸ ਦੌਰਾਨ ਉਹਨਾਂ ਦੇ ਸੁਰੱਖਿਆ ਕਰਮੀਆਂ ਦੇ ਨਾਲ ਵੱਡਾ ਇਹ ਹਾਦਸਾ ਵਾਪਰਦਾ ਹੈ। CRPF ਦੇ ਜਵਾਨਾਂ ਦੀ ਕਾਰ ਦਾ ਟਾਇਰ ਫਟ ਜਾਂਦਾ ਹੈ ਔਰ ਸੰਤੁਲਨ ਵਿਗੜਨ ਕਰਕੇ ਕਾਰ ਸਿੱਧਾ ਡਿਵਾਈਡਰ 'ਤੇ ਜਾ ਵੱਜਦੀ ਹੈ। ਘਟਨਾ ਤੋਂ ਬਾਅਦ 3 CRPF ਜਵਾਨਾਂ ਨੂੰ ਚੋਟਾਂ ਆਈਆਂ ਨੇ, ਸੱਟਾਂ ਲੱਗੀਆਂ ਨੇ, ਜਿਨ੍ਹਾਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਹੈ। ਖੈਰ ਗਣੀਮਤ ਰਹੀ ਹੈ ਕਿ ਇਸ ਹਾਦਸੇ ਦੇ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ। ਫਿਲਹਾਲ ਦੱਸਿਆ ਜਾ ਰਿਹਾ ਹੈ ਕਿ ਗਵਰਨਰ ਦਾ ਕਾਫਲਾ ਜਿਹੜਾ ਹੈ ਉਹ ਅੱਜ ਪਹਿਲਾਂ ਹਰਿਮੰਦਰ ਸਾਹਿਬ ਨਤਮਸਤਕ ਹੋਇਆ, ਉਸ ਤੋਂ ਬਾਅਦ ਸਰਹੱਦੀ ਦੌਰੇ 'ਤੇ ਸੀਗਾ ਔਰ ਇਸ ਦੌਰਾਨ ਜਦੋਂ ਕਰਿੰਡਾ ਵੱਲ ਨੂੰ ਆ ਰਿਹਾ ਸੀ ਇਹ ਕਾਫਲਾ ਅਤੇ ਉਸ ਦੇ ਨਾਲ ਇਹ ਹਾਦਸਾ ਜਿਹੜਾ ਹੈ ਉਹ ਵਾਪਰਦਾ ਹੈ। ਸੋ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਜਿਸ ਗੱਡੀ ਦੇ ਵਿੱਚ CRPF ਦੇ ਜਵਾਨ ਬੈਠੇ ਹੋਏ ਸੀ, ਉਸ ਗੱਡੀ ਦੇ ਪਰਖੱਚੇ ਉੱਡ ਗਏ ਨੇ। ਗੱਡੀ ਪੂਰੀ ਤਰ੍ਹਾਂ ਦੇ ਨਾਲ ਚੱਕਣਾ ਚੂਰ ਹੋ ਗਈ ਹੈ ਔਰ ਚੰਗੀ ਗੱਲ ਰਹੀ ਹੈ ਕਿ ਜਿਹੜੇ CRPF ਦੇ ਜਵਾਨ ਅੰਦਰ ਬੈਠੇ ਹੋਏ ਸੀ ਉਹਨਾਂ ਦੀ ਜੋ ਜਾਨ ਜਿਹੜੀ ਹੈ ਉਹ ਬਾਲ ਬਾਲ ਬਚ ਗਈ। ਹਾਲਾਂਕਿ ਸੱਟਾਂ ਜਿਹੜੀਆਂ ਨੇ ਉਹਨਾਂ ਨੂੰ ਜ਼ਰੂਰ ਲੱਗੀਆਂ ਨੇ, ਪਰ ਲਗਾਤਾਰ ਤਸਵੀਰਾਂ ਅਸੀਂ ਤੁਹਾਨੂੰ ਜਿਹੜੀ ਹੈ ਸਕਰੀਨ 'ਤੇ ਚੱਲ ਰਹੀਆਂ ਨੇ ਕਿ ਜਿਹੜੇ ਲੋਕ ਨੇ, ਜਿਹੜੇ CRPF ਦੇ ਜਵਾਨ ਨੇ ਉਹ ਹਸਪਤਾਲ ਦੇ ਵਿੱਚ ਭਰਤੀ ਨੇ ਅਤੇ ਉਹਨਾਂ ਦਾ ਇਲਾਜ ਜਿਹੜਾ ਹੈ ਉਹ ਚੱਲ ਰਿਹਾ ਹੈ। ਫਿਲਹਾਲ ਇੱਕ ਵਾਰੀ ਫਿਰ ਤੁਹਾਨੂੰ ਦੱਸ ਦਿੰਦੇ ਹਾਂ ਕਿ ਅੱਜ ਸਰਹੱਦੀ ਦੌਰੇ 'ਤੇ ਗਵਰਨਰ ਬਨਵਾਰੀ ਲਾਲ ਪੁਰੋਹਿਤ ਸਨ ਅਤੇ ਉਹਨਾਂ ਦਾ ਕਾਫਲਾ ਜਿਹੜਾ ਸੀ ਉਹਨਾਂ ਦੇ ਨਾਲ ਮੌਜੂਦ ਸੀ। ਜਿਸ ਵੇਲੇ ਉਹ ਪੁਰ ਮੋਰਾ ਦੇ ਕੋਲ ਜਦੋਂ ਪਹੁੰਚੇ ਤਾਂ ਕਰਿੰਡਾ ਵੱਲ ਨੂੰ ਆ ਰਹੇ ਸੀ ਅਤੇ ਇਸ ਦੌਰਾਨ ਰਾਹ ਦੇ ਵਿੱਚ ਉਹਨਾਂ ਦੇ ਨਾਲ ਇਹ ਹਾਦਸਾ ਵਾਪਰ ਜਾਂਦਾ ਹੈ। ਕਾਫਿਲਾ ਦੀ ਜਿਹੜੀ ਕਾਫਿਲਾ ਦੇ ਵਿੱਚ ਜਿਹੜੀ ਗੱਡੀ ਸੀਗੀ ਉਹ ਗੱਡੀ ਜਿਹੜੀ ਹੈ ਹਾਦਸਾਗ੍ਰਸਤ ਹੋ ਜਾਂਦੀ ਹੈ, ਗੱਡੀ ਦਾ ਟਾਇਰ ਜਿਹੜਾ ਹੈ ਉਹ ਫਟ ਜਾਂਦਾ ਹੈ ਔਰ ਸੰਤੁਲਨ ਉਸ ਗੱਡੀ ਦਾ ਵਿਗੜ ਜਾਂਦਾ ਹੈ ਜਿਸ ਦੇ ਵਿੱਚ ਮੌਜੂਦ ਸੀ ਗਵਰਨਰ ਬਨਵਾਰੀ ਲਾਲ ਪੁਰੋਹਿਤ ਦੇ ਜੋ ਕਾਫਿਲਾ ਜੋ ਸੀਗਾ, ਉਹਨਾਂ ਦੇ ਜਵਾਨ ਜਿਹੜੇ ਸੀ ਉਹ ਉੱਥੇ ਮੌਜੂਦ ਸੀ ਗੱਡੀ ਵਿੱਚ ਜਦੋਂ ਇਹ ਗੱਡੀ ਪਲਟ ਜਾਂਦੀ ਹੈ ਔਰ ਤਕਰੀਬਨ ਦੱਸਿਆ ਜਾ ਰਿਹਾ ਕਿ 3 ਜਵਾਨ ਫੱਟਰ ਹੋਏ ਨੇ ਇਸ ਹਾਦਸੇ ਦੇ ਵਿੱਚ। ਸੋ ਲਗਾਤਾਰ ਤਸਵੀਰਾਂ ਤੁਹਾਨੂੰ ਅਸੀਂ ਸਕਰੀਨ 'ਤੇ ਚੱਲ ਰਹੀਆਂ ਨੇ, ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਦੇ ਨਾਲ ਇਹ ਜਵਾਨ ਜਿਹੜੇ ਰੱਖਿਆ ਕਰਨ ਦੇ ਲਈ ਮੌਜੂਦ ਰਹਿੰਦੇ ਨੇ। ਬਨਵਾਰੀ ਲਾਲ ਪੁਰੋਹਿਤ ਜੋ ਪੰਜਾਬ ਦੇ ਗਵਰਨਰ ਨੇ ਉਹਨਾਂ ਦੇ ਨਾਲ ਇਹਨਾਂ ਦੀ ਡਿਊਟੀ ਲੱਗੀ ਹੋਈ ਹੈ ਔਰ ਜਦੋਂ ਇਹ ਵਾਪਸ ਪਰਤ ਰਹੇ ਸਨ ਤਾਂ ਇਸ ਦੌਰਾਨ ਇਹ ਵੱਡਾ ਹਾਦਸਾ ਇਹਨਾਂ ਦੇ ਨਾਲ ਵਾਪਰਦਾ ਹੈ। ਫਿਲਹਾਲ ਗਣੀਮਤ ਰਹੀ ਹੈ ਕਿ ਇਸ ਹਾਦਸੇ ਦੇ ਵਿੱਚ ਜਾਨਾਂ ਜਿਹੜੀਆਂ ਨੇ ਉਹ ਬਾਲ ਬਾਲ ਬਚ ਗਈਆਂ ਨੇ, ਪਰ ਜਿਸ ਤਰ੍ਹਾਂ ਦੇ ਨਾਲ ਗੱਡੀ ਦੇ ਹਾਲਾਤ ਨੇ ਉਹ ਦੇਖ ਕੇ ਅੰਦਾਜ਼ਾ ਲਗਾ ਸਕਦੇ ਹੋ ਕਿ ਹਾਦਸਾ ਕਿੰਨਾ ਜ਼ਿਆਦਾ ਭਿਆਨਕ ਰਿਹਾ ਹੋਵੇਗਾ। ਕਿਉਂਕਿ ਜਦੋਂ ਗਵਰਨਰ ਨਾਲ ਜਾਂ ਕਿਸੇ ਵੀ ਮੰਤਰੀ ਦੇ ਨਾਲ ਜਾਂ ਫਿਰ CM ਦੇ ਨਾਲ ਜਿਹੜਾ ਕਾਫਲਾ ਚੱਲਦਾ ਹੈ ਤਾਂ ਉਹਨਾਂ ਦੀ ਗੱਡੀ ਦੀ ਸਪੀਡ ਜਿਹੜੀ ਹੈ ਉਹ ਹੁੰਦੀ ਹੈ ਜ਼ਿਆਦਾ ਔਰ ਇਸ ਦੌਰਾਨ ਗੱਡੀ ਨੂੰ ਕੰਟਰੋਲ ਕਰਨਾ ਬੜਾ ਮੁਸ਼ਕਿਲ ਹੋ ਜਾਂਦਾ ਔਰ ਇਸੇ ਤਰ੍ਹਾਂ ਦੇ ਨਾਲ ਜਦੋਂ ਗਵਰਨਰ ਦਾ
ਦਾ ਕਾਫਲਾ ਜਿਹੜਾ ਜਾ ਰਿਹਾ ਸੀਗਾ ਤਾਂ ਉਸ ਦੌਰਾਨ ਗੱਡੀ ਦਾ ਅਚਾਨਕ ਟਾਇਰ ਫਟ ਜਾਂਦਾ ਹੈ ਔਰ ਟਾਇਰ ਫਟਣ ਤੋਂ ਬਾਅਦ ਗੱਡੀ ਜਿਹੜੀ ਹੈ ਉਹ ਇਮਬੈਲੈਂਸ ਹੋ ਜਾਂਦੀ ਹੈ ਔਰ ਸਿੱਧਾ ਡਿਵਾਈਡਰ 'ਤੇ ਜਾ ਵੱਜਦੀ ਹੈ ਔਰ ਡਿਵਾਈਡਰ 'ਤੇ ਵੱਜਣ ਤੋਂ ਬਾਅਦ ਗੱਡੀ ਪਲਟ ਜਾਂਦੀ ਹੈ। ਗੱਡੀ ਜਿਹੜੀ ਹੈ ਪੂਰੀ ਤਰ੍ਹਾਂ ਦੇ ਨਾਲ ਚੁੱਕਣਾ ਸ਼ੁਰੂ ਹੋਈ ਹੈ ਔਰ ਉਸਦੇ ਵਿੱਚ ਸਵਾਰ ਜਿਹੜੇ CRPF ਦੇ ਜਵਾਨ ਸੀ ਉਹਨਾਂ 'ਚੋਂ 3 ਜਵਾਨਾਂ ਨੂੰ ਜਿਹੜੀ ਹੈ ਉਹ ਗੰਭੀਰ ਸੱਟਾਂ ਲੱਗੀਆਂ ਨੇ ਜਿਨ੍ਹਾਂ ਨੂੰ ਹਸਪਤਾਲ ਦੇ ਵਿੱਚ ਜਿਹੜੇ ਜੇਰੇ ਇਲਾਜ